अमृतसर देहाती पुलिस के हाथ लगी बड़ी सफलता। 16 तो बाद गैंगस्टर नू कीता गिरफ्तार। 7 राइफलां अते 7 पिस्टलां बरामद। मामला अमृतसर देहाती पुलिस थाना ब्यास वालों 16 के करीब फड़े गए गैंगस्टर नाल बड़ी सफलता हाथ लगी है। इस मौके इन्हां बड़े गैंगस्टर कोलों 6 राइफलां अते 7 पिस्टलां बरामद होईयां हन। पुलिस जिला देहाती दे SP ने दसिया कि ये गैंगस्टरां नूं कलोनोरी ढाबे तो गिरफ़्तार किया गया है जो किसी वड्डी घटना नूं अंजाम देन संबंधी तैयारी कर रहे सन। इस मौके गलबात करदिआं SP मनोज कुमार ने दसिया कि साडी देहाती पुलिस थाना ब्यास वालों गुप्त सूचना के आधार ते ब्यास के करीब कलोनोरी ढाबे ते रेड करन ते 16 बंदे सर्च किए जिन्हां पासों 7 राइफलां अते 7 पिस्टलां बरामद किए गए हैं। कल अपने एक इनफॉर्मेशन आई सानू कि उत्थे एक कलानौर ढाबा GT रोड ब्यास ते DSP साहब SHO साहब जदों इनफॉर्मेशन आई तो फिर इन्होंने टीम गठित की है तो उत्थे जाके जदों रेड किया रेड करन ते सानू जिहड़े 16 बंदे उत्थे बैठे सीगे जदों उन्हां दी सर्च की तो उन्हां कोलों हथियार मिले ने 7 राइफलां 7 जिहड़े पिस्टल मिले ने 6 राइफलां 7 पिस्टल मिले ने नहीं 7 राइफलां 7 पिस्टल हाँ जी उन्हां विच 14 बंदे जिहड़े असीं उत्थों गिरफ्तार किए आ 16 बंदे गिरफ्तार किए ने। उन्हां दी जदों सर्च की तो हर बंदे कोल किसी कोल पिस्टल किसी कोल रैफल तो उन्हां कोल बरामद हुई ने। साडे SSP साहब या DG सर वल्लों बहुत हदायतां ने जो क्रिमिनल बंदे ने उन्हां नूं किसी नूं भी बख्शिया नहीं जाएगा और साडे ऑपरेशन भी ये चल रहे ने गैंगस्टर नूं फड़ रहे ने। इन्हां विच जिहड़े 4 गैंगस्टर भी ने जिहड़े गैंगस्टर ने मैं उन्हां दा तुहानूं नाम भी दस दिंदा। एक बलविंदर सिंह इहदे ते परचे 302-307 दे परचे भी दर्ज ने ये बेल ते बाहर आया हुआ सीगा। दूजा हैगा जर्मन सिंह उन्हां ते भी परचे ने 302 दे 307 दे वह भी गैंगस्टर ने। यह तरन तारण दा रहण वाला मनप्रीत सिंह आ यह भी तरन तारण दा इहदे ते भी बहुत परचे ने 302-307 दे यह भी गैंगस्टर है। गुरप्रीत सिंह ये भी गैंगस्टर ने।
ਇਹਦੇ ਵਿੱਚ ਚਾਰ ਗੈਂਗਸਟਰ ਨੇ ਟੋਟਲ ਇਹ 16 ਬੰਦੇ ਨੇ ਇਹਨਾਂ ਕੋਲੋਂ ਜਿਹੜੀ ਜਿਹੜੀ ਰਿਕਵਰੀ ਹੋਈ ਨੇ 6 ਪਿਸਟਲ 32 ਬੋਰ ਦੇ 8 ਮੈਗਜ਼ੀਨ 40 ਜਿੰਦਾ ਰੌਂਦ ਨੇ ਜੀ ਤੇ ਦੂਜਾ 4 ਰਾਈਫਲ 315 ਦੀ 4 ਮੈਗਜ਼ੀਨ 30 ਜਿੰਦਾ ਰੌਂਦ ਨੇ 2 ਰਾਈਫਲ 12 ਬੋਰ ਦੀ 5 ਜਿੰਦਾ ਆਪਣੇ ਰੌਂਦ ਨੇ 1 ਪਿਸਟਲ 30 ਬੋਰ ਦਾ 2 ਮੈਗਜ਼ੀਨ 16 ਰੌਂਦ ਨੇ 1 ਮੈਗਜ਼ੀਨ ਰਾਈਫਲ ਆ ਸਮੇਤ 30 ਰੌਂਦ ਨੇ ਇਹਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 56 ਦਰਜ ਹੋਈ ਆ 8/4/2022 ਨੂੰ ਜੁਰਮ 160 151 379 411 188 109 447 511 148 149 506 25 57 54 ਨੋਟ ਐਕਟ ਅਸਲੇ ਦੇ ਤਹਿਤ ਇਹ ਪਰਚਾ ਦਰਜ ਹੋਇਆ ਹਾਂਜੀ ਇਹ ਬਹੁਤ ਵੱਡੀ ਇੱਕ ਵਾਰਦਾਤ ਕਰਨ ਜਾ ਰਹੇ ਸੀਗੇ ਇਹ ਕੁਛ ਬੰਦੇ ਜਿਹੜੇ ਪ੍ਰੋਪਰਟੀਆਂ 'ਤੇ ਕਬਜ਼ਾ ਵੀ ਕਰਦੇ ਨੇ ਜਿਹਨਾਂ ਦੀ ਬੈਕਗ੍ਰਾਊਂਡ ਹੈਗੀਆਂ ਨੇ ਇਹ ਕੱਲ੍ਹ ਜੇ ਨਾ ਫੜੇ ਜਾਂਦੇ ਤਾਂ ਬਹੁਤ ਵੱਡਾ ਕਿਤੇ ਕਤਲੇਆਮ ਹੋ ਸਕਦਾ ਸੀਗਾ ਬੜੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸੀਗੇ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਅਸੀਂ ਪੇਸ਼ ਕਰ ਰਹੇ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੋ ਜੋ ਚੀਜ਼ਾਂ ਸਾਹਮਣੇ ਆਉਣਗੀ ਤੁਹਾਨੂੰ ਦੱਸਾਂਗੇ ਜੀ ਪੂਰਾ ਇਨਫੋਰਮੇਸ਼ਨ ਡੀ ਐਸ ਪੀ ਸਾਹਿਬ ਨੂੰ ਐਸ ਐਚ ਓ ਸਾਹਿਬ ਨੂੰ ਦਿੱਤੀ ਗਈ ਵੀ ਇਸ ਪ੍ਰਕਾਰ ਦੇ ਗੈਂਗਸਟਰ ਪ੍ਰਕਾਰ ਦੇ ਬੰਦੇ ਆ ਜੁਰਮ ਕਰਨ ਵਾਲੇ ਬੰਦੇ ਆ ਜੇ ਤੁਸੀਂ ਹੁਣ ਉੱਥੇ ਹੋਟਲ ਦੇ ਉੱਤੇ ਕਲਾਨੌਰ ਹੋਟਲ ਦੇ ਜੀ ਟੀ ਰੋਡ 'ਤੇ ਰੇਡ ਕਰੋਗੇ ਤਾਂ ਤੁਸੀਂ ਤੁਹਾਨੂੰ ਉਹ ਬੰਦੇ ਮਿਲ ਸਕਦੇ ਤਾਂ ਉਹਨਾਂ ਕੋਲ ਹਥਿਆਰ ਵੀ ਬਹੁਤ ਮਿਲ ਸਕਦੇ ਨੇ ਅਨਲੀਗਲ ਵੀ ਇਹ ਲਾਇਸੈਂਸੀ ਵੀ ਹੈ ਵਿੱਚ ਪਰ ਸਾਨੂੰ ਕੋਈ ਵੀ ਹਾਲੇ ਇਹਨਾਂ ਨੇ ਲਾਇਸੈਂਸ ਨਹੀਂ ਦਿਖਾਇਆ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਸੀਗੇ ਅਤੇ ਪੁਲਿਸ ਪਾਰਟੀ ਨੇ ਇਹਨਾਂ ਚਾਰੋਂ ਸਾਈਡਾਂ ਤੋਂ ਘੇਰ ਲਿਆ ਸੀਗਾ ਸੀਨੀਅਰ ਅਫਸਰਾਂ ਦੇ ਐਸ ਐਸ ਪੀ ਸਾਹਿਬ ਦੇ ਨੌਲੇਜ ਸੀਗਾ ਹੋਰ ਸੀਨੀਅਰ ਅਫਸਰਾਂ ਦੇ ਨੌਲੇਜ ਸੀਗਾ ਪੂਰਾ ਪਲਾਨ ਕਰਕੇ ਜਿਹੜਾ ਇਹਨਾਂ ਨੂੰ ਫੜਿਆ ਗਿਆ ਫਾਇਰਿੰਗ ਨਹੀਂ ਹੋਈ ਆ ਜਦੋਂ ਅਸੀਂ ਇਹਨਾਂ ਨੂੰ ਘੇਰ ਹੀ ਲਿਆ ਅਤੇ ਇਹਨਾਂ ਨੂੰ ਕਹਿ ਵੀ ਦਿੱਤਾ ਜੇ ਕੋਈ ਇਹੋ ਜਿਹੀ ਹਰਕਤ ਕਰੇਗਾ ਤਾਂ ਆਪਾਂ ਜਵਾਬੀ ਕਾਰਵਾਈ ਕਰਾਂਗੇ ਵਾਰਨਿੰਗ ਦਿੱਤੀ ਸਿਲੰਡਰ ਕਰਤਾ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਚਾਰੋਂ ਸਾਈਡਾਂ ਤੋਂ ਘੇਰ ਲਿਆ ਸੀਗਾ ਆਪਾਂ ਇਹ ਬੜਾ ਵਧੀਆ ਇੱਕ ਐਸ ਐਚ ਓ ਡੀ ਐਸ ਪੀ ਸਾਹਿਬ ਨੇ ਔਰ ਟੀਮ ਨੇ ਬਹੁਤ ਵਧੀਆ ਵਰਕ ਕੀਤਾ ਅਤੇ ਇਹੋ ਜਿਹੇ ਅੱਗੇ ਵੀ ਹੋਰ ਵੀ ਅਸੀਂ ਮੈਸੇਜ ਦੇਣਾ ਚਾਹੁੰਦੇ ਆਪਣੇ ਪ੍ਰੈਸ ਦੇ ਰਾਹੀਂ ਕਿ ਜਿਹੜੇ ਵੀ ਇੱਦਾਂ ਦੇ ਬੰਦੇ ਹੈ ਉਹ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਇਹ ਤਰਨ ਤਾਰਨ ਦੇ ਵੀ ਸੀਗੇ ਜੀ ਅਤੇ ਆਪਣੇ ਅੰਮ੍ਰਿਤਸਰ ਦੇ ਵਿੱਚ ਬਾਹਰ ਵੀ ਕੀਤੀਆਂ ਜੀ ਇਹਨਾਂ ਤਰਨ ਤਾਰਨ 'ਚ ਵੀ ਕੀਤੀਆਂ 302 ਦੇ ਮੁਕੱਦਮੇ ਵੀ ਹੈ ਜੀ ਇਹਨਾਂ ਦੇ 307 ਦੇ ਮੁਕੱਦਮੇ ਵੀ ਹੈਗੇ ਜੀ ਖੋਹਾਂ ਲੁੱਟਾਂ ਦੇ ਵੀ ਮੁਕੱਦਮੇ ਹੈਗੇ ਜੀ ਇਹਨਾਂ ਕੋਲ ਇਹਨਾਂ ਦੇ ਅਸਲੇ ਦੇ ਵੀ ਪਹਿਲੇ ਪਰਚੇ ਦਰਜ ਹੋਏ ਜੀ ਨਜਾਇਜ਼ ਅਸਲੇ ਦੇ ਹਾਂਜੀ ਅਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜਿਹੜੇ ਜਿਹੜੇ ਇਹਨਾਂ ਦੇ ਤਾਰ ਜੁੜੇ ਹੋਣਗੇ ਜਿੱਥੇ ਜਿੱਥੇ ਉਹਨਾਂ ਨੂੰ ਇਸ ਮੁਕੱਦਮੇ ਦੇ ਵਿੱਚ ਲੈ ਕੇ ਆਵਾਂ ਇਹ 16 ਬੰਦੇ ਨੇ ਜੀ ਇਹਨਾਂ ਏਜ ਗਰੁੱਪ ਇਹਨਾਂ ਦਾ ਏਜ ਗਰੁੱਪ 35 ਤੋਂ 40 ਦੇ ਵਿੱਚ 26 27 28 ਇੱਦਾਂ ਦੇ ਅਲੱਗ ਅਲੱਗ ਏਜ ਗਰੁੱਪ ਦੇ ਹੈਗੇ ਆ ਬੰਦੇ ਨਹੀਂ ਛੋਟਾ ਕੋਈ ਨਹੀਂ ਆ ਉੱਪਰ ਹੀ ਆ 25-26 ਸਾਲ ਤੋਂ ਉੱਤੇ ਹੀ ਹੈ 40-45 ਸਾਲ ਤੱਕ ਦੇ ਹੈਗੇ ਹਾਂਜੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਜੋ ਜੋ ਚੀਜ਼ਾਂ ਆਉਣਗੀਆਂ ਜੋ ਸਾਨੂੰ ਹੁਣ ਪਤਾ ਲੱਗਿਆ ਇਹਨਾਂ 'ਤੇ ਜਿਹੜੇ ਐਫ ਆਈ ਆਰ ਆ ਲੋਜ ਨੇ ਜਿਹੜੇ ਗੈਂਗਸਟਰ ਨੇ ਚੈੱਕ ਕੀਤਾ ਗਿਆ ਤਾਂ ਹਾਲੀ ਨਾਲ ਸਾਰੀ ਪੁੱਛਗਿੱਛ ਕਰਾਂਗੇ ਹੋ ਸਕਦਾ ਇਹਨਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣਗੀਆਂ ਦੂਜੇ ਜ਼ਿਲ੍ਹਿਆਂ ਤੋਂ ਵੀ ਆਪਾਂ ਪਤਾ ਕਰਾ ਰਹੇ ਨੇ ਕਿਤੇ ਖੋਹਾਂ ਲੁੱਟਾਂ ਦੇ ਵਿੱਚ ਹੁਣ ਮਾਨਯੋਗ ਅਦਾਲਤ ਤੋਂ ਅਸੀਂ ਜਿਹੜਾ ਇਹਨਾਂ ਦਾ ਰਿਮਾਂਡ ਲਿਆ ਅਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕਰਾਂਗੇ ਤਾਂ ਅਗਲੀ ਜਿਹੜੀ ਹਾਂ ਹੋ ਸਕਦੀਆਂ ਨੇ ਜੀ ਠੀਕ ਹੈ ਜੀ ਧੰਨਵਾਦ